ਜੀ ਦੋਸਤੋ, ਕਰੋ ਨੋਟ, ਅੱਜ ਹੋਣ ਵਾਲੇ ਕਬੱਡੀ ਦੇ ਮੈਚ, ਅੱਜ 7 ਨਵੰਬਰ 2024 ਦਿਨ ਵੀਰਵਾਰ ਨੂੰ ਕਿੱਥੇ ਕਿੱਥੇ ਕਬੱਡੀ ਦੇ ਮੈਚ ਹੋਣਗੇ। ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣਾ ਅਤੇ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਅਤੇ ਬਾਕੀ ਜਿਹੜੇ ਭਰਾਵਾਂ ਨੇ ਹਜੇ ਤੱਕ ਆਪਣੇ ਯੂਟਿਊਬ ਚੈਨਲ ਕਬੱਡੀ 105 ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਜ਼ਰੂਰ ਸਬਸਕ੍ਰਾਈਬ ਕਰ ਲੈਣ ਅਤੇ ਸਾਹਮਣੇ ਦਿੱਤੇ ਗਏ ਘੰਟੀ ਵਾਲੇ ਬਟਨ ਨੂੰ ਵੀ ਦੱਬ ਕੇ ਰੱਖਣ। ਦੋਸਤੋ, ਅੱਜ ਜਿਹੜੇ ਕਬੱਡੀ ਦੇ ਮੈਚ ਕਰਵਾਏ ਜਾਣਗੇ, ਇਹ ਕਬੱਡੀ ਦੇ ਮੈਚ ਹੋਣਗੇ ਪਿੰਡ ਹੋਵੇਗਾ ਢਿਲਮਾ, ਜ਼ਿਲ੍ਹਾ ਹੋਵੇਗਾ ਕਪੂਰਥਲਾ। ਇੱਥੇ ਦੋਸਤੋ ਕਬੱਡੀ ਓਪਨ ਦੀਆਂ ਕਲੱਬਾਂ ਦੇ ਮੈਚ ਹੋਣਗੇ। ਪਹਿਲੀਆਂ 12 ਟੀਮਾਂ ਐਂਟਰ ਕੀਤੀਆਂ ਜਾਣਗੀਆਂ। ਕਲੱਬਾਂ ਦਾ ਪਹਿਲਾ ਇਨਾਮ 71,000 ਰੁਪਏ ਹੋਵੇਗਾ ਅਤੇ ਦੂਜਾ ਇਨਾਮ ਹੋਵੇਗਾ 51,000 ਰੁਪਏ ਅਤੇ ਬੈਸਟ ਰੇਡਰ ਅਤੇ ਜਾਫੀ ਨੂੰ 15,000 ਰੁਪਏ ਦਿੱਤੇ ਜਾਣਗੇ। ਹਾਂਜੀ ਦੋਸਤੋ, ਕਬੱਡੀ ਓਪਨ ਦੀਆਂ ਕਲੱਬਾਂ ਖੇਡਣਗੀਆਂ ਇੱਥੇ। ਅਤੇ ਬਾਕੀ ਇੱਥੇ ਦੋਸਤੋ ਕਬੱਡੀ ਦੇ 100 ਮੈਚ ਵੀ ਕਰਵਾਇਆ ਜਾਵੇਗਾ। ਟੀਮਾਂ ਦੀ ਗੱਲ ਕਰੀਏ ਤਾਂ ਟੀਮਾਂ ਖੇਡਣਗੀਆਂ ਇੱਥੇ ਭਾਈ ਲੱਦੂ ਅਤੇ ਖੀਰਾਂ ਵਾਲੀ ਦੁਆਬਾ ਦੀ ਟੀਮ ਖੇਡੇਗੀ। ਹਾਂਜੀ ਦੋਸਤੋ, ਖੀਰਾਂ ਵਾਲੀ ਕਬੱਡੀ ਕਲੱਬ ਅਤੇ ਭਾਈ ਲੱਦੂ ਕੇ ਕਬੱਡੀ ਕਲੱਬ ਦਾ 100 ਮੈਚ ਇੱਥੇ ਕਰਵਾਇਆ ਜਾਵੇਗਾ। ਅਤੇ ਬਾਕੀ ਕਬੱਡੀ ਓਪਨ ਦੀਆਂ ਕਲੱਬਾਂ ਦੇ ਮੈਚ ਆ, ਵਧੀਆ ਇਨਾਮ ਰੱਖੇ ਗਏ ਆ। 71,000 ਪਹਿਲਾ ਇਨਾਮ ਆ, 51,000 ਦੂਜਾ ਇਨਾਮ ਆ। ਅਤੇ ਲਾਈਵ ਦੀ ਗੱਲ ਕਰੀਏ ਤਾਂ ਲਾਈਵ ਚੱਲੇਗਾ ਕਬੱਡੀ ਫੋਰਐਵਰ .com ਦੇ ਜ਼ਰੀਏ। ਇਸ ਤੋਂ ਅੱਗੇ ਦੋਸਤੋ ਜਿਹੜੇ ਕਬੱਡੀ ਦੇ ਮੈਚ ਹੋਣਗੇ, ਇਹ ਹੋ ਸਕਦੇ ਆ ਪਿੰਡ ਪਜੌਲਾ ਰੋਪੜ ਦੇ ਵਿੱਚ। ਇੱਥੇ ਦੋਸਤੋ ਕਬੱਡੀ ਇੱਕ ਪਿੰਡ ਓਪਨ, 4 ਖਿਡਾਰੀ ਬਾਹਰੋਂ। ਪਹਿਲਾ ਇਨਾਮ 1,00,000 ਰੁਪਏ ਅਤੇ ਦੂਜਾ ਇਨਾਮ 71,000 ਰੁਪਏ, ਬੈਸਟ ਰੇਡਰ ਅਤੇ ਜਾਫੀ ਨੂੰ 11,000 ਰੁਪਏ। ਬਾਕੀ ਦੋਸਤੋ ਇਹ ਜਾਣਕਾਰੀ ਪੋਸਟਰਾਂ ਦੇ ਆਧਾਰ 'ਤੇ ਦਿੱਤੀ ਜਾ ਰਹੀ ਆ। ਇਹਨਾਂ ਵਿੱਚੋਂ ਕੋਈ ਵੀ ਕਬੱਡੀ ਦੇ ਮੈਚ ਆ ਜੋ ਪੋਸਟਰ ਉੱਪਰ ਆਪ ਨੂੰ ਦਿਖਾਈ ਦੇ ਰਹੇ ਆ, ਇਹ ਕੈਂਸਲ ਵੀ ਹੋ ਸਕਦੇ ਆ ਜਾਂ ਇਹਨਾਂ ਟੂਰਨਾਮੈਂਟਾਂ ਦੀਆਂ ਡੇਟਾਂ ਅੱਗੇ ਪਿੱਛੇ ਵੀ ਹੋ ਸਕਦੀਆਂ। ਇਸ ਲਈ ਆਪਦੀ ਨਿੱਜੀ ਤੌਰ 'ਤੇ ਜਾਂਚ ਪੜਤਾਲ ਇੱਕ ਵਾਰ ਜ਼ਰੂਰ ਕਰ ਲਿਆ ਕਰੋ, ਖੇਡਣ ਜਾਣ ਤੋਂ ਪਹਿਲਾਂ ਜਾਂ ਕਿਤੇ ਵੀ ਬੰਦੇ ਨੇ ਦੇਖਣ ਜਾਣਾ ਹੁੰਦਾ ਉਹਨਾਂ ਲਈ। ਤਾਂ ਇਸ ਤੋਂ ਅੱਗੇ ਦੋਸਤੋ ਜਿਹੜੇ ਕਬੱਡੀ ਦੇ ਮੈਚ ਆ, ਇਹ ਹੋਣਗੇ ਪਿੰਡ ਝੰਡਾ ਕਲਾਂ, ਜ਼ਿਲ੍ਹਾ ਮਾਨਸਾ, ਤਹਿਸੀਲ ਸਰਦੂਰਗੜ੍ਹ। ਇੱਥੇ ਦੋਸਤੋ ਅੱਜ ਵਜਨੀ ਕਬੱਡੀ 58 ਕਿਲੋ, 1 ਖਿਡਾਰੀ ਬਾਹਰੋਂ। ਪਹਿਲਾ ਇਨਾਮ 11,000 ਅਤੇ ਦੂਜਾ ਇਨਾਮ 9,100 ਰੁਪਏ ਹੋਵੇਗਾ ਅਤੇ ਬੈਸਟਾਂ ਨੂੰ 3,100 ਰੁਪਏ ਹੋਵੇਗਾ। ਤਾਂ ਇਹ ਸੀ ਦੋਸਤੋ ਅੱਜ ਹੋਣ ਵਾਲੇ ਕਬੱਡੀ ਕੱਪਾਂ ਦੀ ਜਾਣਕਾਰੀ। ਵੀਡੀਓ ਚੰਗੀ ਲੱਗੇ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ।